ਜਮਾਲਪੁਰ ਵਿੱਚ ਸਥਿਤ ਦਰਜਣਾ ਨਜਾਇਜ਼ ਉਸਾਰੀਆਂ ਨੂੰ ਗਲਾਡਾ ਵੱਲੋਂ ਟੈ ਢੇਰੀ ਕੀਤਾ ਗਿਆ। ਇਸ ਤਰ੍ਹਾਂ ਦੁਕਾਨਦਾਰਾਂ ਤੇ ਅਧਿਕਾਰੀਆਂ ਵਿੱਚ ਬਹਿਸਬਾਜ਼ੀ ਵੀ ਹੋਈ ਹੈ। ਦੁਕਾਨਦਾਰਾਂ ਵਿੱਚ ਇਸ ਕਾਰਵਾਈ ਪ੍ਰਤੀ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੁਕਾਨਾਂ 'ਚ ਰੱਖਿਆ ਲੱਖਾਂ ਰੁਪਏ ਦਾ ਸਮਾਨ ਬਾਹਰ ਕੱਢਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ, ਜਿਸ ਕਰਕੇ ਉਹਨਾਂ ਦਾ ਲੱਖਾਂ ਦਾ ਸਮਾਨ ਬਰਬਾਦ ਹੋਇਆ ਹੈ। ਇਸ ਬਾਰੇ ਦੁਕਾਨਦਾਰਾਂ ਨੇ ਗਲਾਡਾ ਤੋਂ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਇਹਨਾਂ ਦੁਕਾਨਾਂ 'ਚ ਆਪਣਾ ਕੰਮਕਾਰ ਚਲਾ ਰਹੇ ਸਨ। ਅਸੀਂ ਬੈਠੇ ਹੋਏ ਹਾਂ, ਇਹਨਾਂ ਨੇ ਸਾਡੀਆਂ ਦੁਕਾਨਾਂ ਤੋੜਤੀਆਂ ਔਰ ਇਹਨਾਂ ਨੇ ਸਾਨੂੰ ਸਮਾਨ ਨਹੀਂ ਕੱਢਣ ਦਿੱਤਾ। ਸਾਡਾ ਇੰਨਾ ਕੁ ਆਤਮਾ ਦੁਖੀ ਹੈ ਇਸ ਟਾਈਮ ਹੈਗੀ ਆ ਕਿ ਮੇਰੇ ਸਾਡੇ ਬੱਸ ਵਾਲੇ ਧੋਣ ਲੱਗ ਗਏ, ਧੱਕਾ ਕੀਤਾ ਨਜਾਇਜ਼। ਮੇਰਾ ਲੱਖ ਰੁਪਏ ਦੇ ਉੱਪਰ ਸਮਾਨ ਅੰਦਰ ਪਿਆ, ਇਹਨਾਂ ਨੇ ਸਮਾਨ ਨਹੀਂ ਕੱਢਣ ਦਿੱਤਾ। ਦੱਸੋ ਇਹ ਨਜਾਇਜ਼ ਨਹੀਂ? 1986-87 ਦਾ ਅਸੀਂ ਬੈਠੇ ਹਾਂ, 30-32-33 ਸਾਲ ਹੋ ਗਏ, ਪੰਜਾਬ ਤੱਕ ਇਹਨਾਂ ਦੀ ਸੁਣਾਈ ਨਹੀਂ ਕੀਤੀ ਇਹਨਾਂ ਨੇ। ਅੱਜ ਤੋਂ ਕਈ ਸਾਲ ਪਹਿਲਾਂ ਨੋਟਿਸ ਆਏ ਸੀਗੇ, ਉਹਨੂੰ 60 ਰੁਪਈਆ ਹੋ ਗਿਆ ਸੀਗਾ, ਹੁਣ ਇਹਨਾਂ ਨੇ ਧੱਕੇ ਸਾਈ ਨਜਾਇਜ਼ ਸਾਡੇ ਨਾਲ ਕੀਤੀ ਆ ਔਰ ਇਹ ਚੀਜ਼ ਤਾਂ ਸਾਨੂੰ ਰਾਜੀ ਹਰਜਾਨਾ ਜਿਹੜਾ ਨੇ ਤੋੜਿਆ ਇਹਨਾਂ ਨੂੰ ਸਾਨੂੰ ਮਿਲਣਾ ਚਾਹੀਦਾ ਗਰੀਬ ਆਦਮੀਆਂ ਨੂੰ। ਜਿਹਨੇ ਸਾਡੇ ਦੁਕਾਨਦਾਰ ਨੇ ਸਾਰੇ ਭਰਾ ਸਾਰੇ ਝੁਕੀ, ਔਰ ਨਾਲ ਇੱਕ ਹੋਰ ਦੁਕਾਨ ਆ ਸਰਾਰ ਦੀ, ਉਹਦਾ ਸਮਾਨ 40-50 ਹਜ਼ਾਰ ਦੇ ਅੰਦਰ ਪਿਆ, ਉਹਨਾਂ ਵੀ ਕੱਢਣ ਦਿੱਤਾ। ਦੱਸੋ ਇੱਕ ਗਲਤ ਗੱਲ ਨਹੀਂ ਇਹਨਾਂ ਵਾਸਤੇ ਹੈਗੀ? ਸਾਡਾ ਸਮਾਨ ਪਿਆ, ਅਸੀਂ ਹੱਥ ਜੋੜੀ ਜਾਂਦੇ ਹਾਂ, ਭਾਅ ਜੀ ਸਮਾਨ ਕੱਢ ਲੈਂਦੇ ਹੋ, ਆਹ ਪੁਲਿਸ ਵਾਲੇ ਆਉਂਦੇ, ਉਹ ਠਹਿਰ ਕੇ ਹੋਏ 1 ਮਿੰਟ, ਆਹ ਬਿਜਲੀ ਤਾਰ ਗਰੀ ਆ, ਆਹ ਗਾਰਡਨ ਨਹੀਂ ਚੱਕਣ ਦੇ ਰਹੇ, ਸਮਾਨ ਨਹੀਂ ਚੱਕਣ ਦੇ, ਠੀਕ ਹੈ ਇਹਨਾਂ ਨੇ ਆਪਣੇ ਘਰ ਲੈ ਕੇ ਜਾਣੇ ਆ। ਜੇ ਘਰ ਲੈ ਕੇ ਜਾਣ ਸਾਨੂੰ ਪੈ ਜਾਣ, ਲੈ ਜਾਣ ਸਾਰਾ ਸਮਾਨ ਚੱਕ ਕੇ, ਨਹੀਂ ਤਾਂ ਕਿਰਪਾ ਕਰਕੇ ਮੈਂ ਰਿਕੁਐਸਟ ਕਰ ਰਿਹਾ ਗੌਰਮੈਂਟ ਦੇ ਅੱਗੇ ਕਿ ਸਾਡਾ ਸਮਾਨ ਸਫਾਈ ਕਰਾ ਕੇ ਸਾਡਾ ਸਮਾਨ ਕਢਾਇਆ ਜਾਏ ਔਰ ਸਾਡੀ ਆਤਮਾ ਨੂੰ ਸ਼ਾਂਤੀ ਦਵਾਈ ਜਾਏ। ਅਗਰ ਜੇ ਨਹੀਂ ਸ਼ਾਂਤੀ ਦੇਣਗੇ ਤਾਂ ਇਹਨਾਂ ਨੂੰ ਪਰਮਾਤਮਾ ਐਸਾ ਮਾਰ ਮਾਰੇਗਾ ਜਿੰਨੀ ਸਾਰੀ ਜ਼ਿੰਦਗੀ ਨਹੀਂ ਉੱਠ ਸਕਦੇ ਹੈ। ਹਾਂਜੀ, ਮੈਂ ਵਿਧਵਾ ਹੈਗੀ ਆ, ਮੇਰਾ ਕੋਈ ਨਹੀਂ ਹੈਗਾ, ਇੱਥੇ ਜ਼ਿੰਦਗੀ ਨਿਕਲ ਗਈ ਮੇਰੀ ਬੈਠੀ ਦੀ। ਮਾਤਾ ਜੀ, ਤੁਹਾਨੂੰ ਦੱਸਿਆ ਗਿਆ ਸੀਗਾ ਕਿ ਮਕਾਨ ਤੋੜਨੇ ਆ, ਤੁਸੀਂ ਕਿਤੇ ਹੋਰ ਚਲੇ ਜਾਓ? ਨਹੀਂ ਜੀ, ਨੋਟ ਅੱਗੇ ਤੇ ਲਾ ਗਏ ਹੋਣਗੇ, ਮੈਂ ਤਾਂ ਕੰਮ ਤੇ ਲੱਗੀ ਹੋਈ ਆ ਜੀ। ਅੱਛਾ ਜੀ, ਹਾਂਜੀ, ਅਨਪੜ੍ਹ ਹੈਗੀ ਹਾਂ ਉਹਨਾਂ ਮੈਨੂੰ ਕੋਈ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਵੀ ਤੁਹਾਨੂੰ ਕੋਈ ਆਵਾਜ਼ ਦਿੱਤਾ ਜਾਵੇ ਰਹਿਣ ਵਾਸਤੇ, ਜਾਂ ਕੋਈ ਪ੍ਰਸ਼ਾਸਨ ਤੋਂ ਕੀ ਮਦਦ ਮੰਗਦੇ ਸੀ? ਅਸੀਂ ਮਦਦ ਮਿਲਦੇ, ਪਰ ਸਾਨੂੰ ਜਗ੍ਹਾ ਤੇ ਜਗ੍ਹਾ ਚਾਹੀਦੀ ਆ। ਇਸ ਮੌਕੇ ਤੇ ਗਲਾਡਾ ਦੇ ਐਸਟੀਓ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਸਾਰੀਆਂ ਦੁਕਾਨਾਂ ਨੂੰ 1 ਮਹੀਨਾ ਪਹਿਲਾਂ ਨੋਟਿਸ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਵੀ ਇਹ ਦੁਕਾਨਾਂ ਖਾਲੀ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਮਜਬੂਰਨ ਇਹਨਾਂ ਦੁਕਾਨਾਂ ਨੂੰ ਟੈ ਢੇਰੀ ਕੀਤਾ ਗਿਆ। ਇਹ ਜਿਹੜੀਆਂ ਡਾਕੂਮੈਂਟ ਇਹਨਾਂ ਨੇ ਲੈਣ ਤੇ ਕਲੀਅਰ ਹੋ ਗਏ ਸੀ, ਜਿਹੜੀ ਡਾਕੂਮੈਂਟ ਜਿਹੜੀ ਪ੍ਰੋਪਰ ਕਲੀਅਰ ਹੋ ਗਈ ਸੀ ਡਾਕੂਮੈਂਟ, ਜਾਂ ਲੀਗਲ ਆ, ਉਹਨਾਂ ਤੇ ਕਾਰਵਾਈ ਕਰਤੀ ਆ। ਉਹਦੇ ਵਿੱਚ 21 ਖੋਕੇ ਮਗਰ ਸੀ, 15 ਦੁਕਾਨਾਂ ਮੂਰੇ ਸੀ, ਜਿਹੜੀਆਂ ਪ੍ਰੋਪਰ ਕਲੀਅਰ ਸੀ, ਜਿਹਨਾਂ ਦੀ ਲੈਂਡ ਦਾ ਕੋਈ ਲਿਟੀਗੇਸ਼ਨ ਨਹੀਂ ਸੀ, ਜਿਹੜੀ ਪ੍ਰੋਪਰ ਗਲਾਡਾ ਦੇ ਨਾਮ ਬੋਲਦੀਆਂ ਸੀ। ਅੱਗੇ ਹੀ ਪ੍ਰੋਸੀਡਿੰਗ ਚੱਲ ਰਹੀ ਆ, ਉਹਦੇ ਵੀ ਲਿਟੀਗੇਸ਼ਨ ਦੂਰ ਕਰਕੇ ਉਹਦੇ ਵੀ ਗਲਾਡਾ ਦਾ ਕਾਬਜ਼ ਕਰੂੰਗੀ। ਰਕਬਾ ਤਾਂ ਇਹ ਪਤਾ ਕੀ, ਜਿਹੜੀ ਇਨਕਰੋਚਮੈਂਟ ਆ ਤਾਂ ਮੂਰੇ ਮੂਰੇ ਹੀ ਆ ਕੇ ਅੱਗੇ ਆ, ਪਿੱਛੇ ਤਾਂ ਖਾਲੀ ਆ। ਨੋਟਸ ਪ੍ਰੋਪਰ ਵਰਕ ਕੀਤੇ, ਪੇਪਰ ਵਰਕ ਪ੍ਰੋਪਰ ਸੀ, ਇਹਨਾਂ ਨੂੰ ਮਹੀਨੇ ਦਾ ਨੋਟਸ ਵੀ ਸੀ, ਵੀਕਲੀ ਨੋਟਸ ਵੀ ਸੀ। ਅੱਗੇ ਜਾ ਨਹੀਂ ਰਹੇ, ਅੱਗੇ ਕੁਛ ਨਹੀਂ ਜਾ ਰਹੇ। ਗੁਰਦੁਆਰਾ ਸਾਹਿਬ ਵਿੱਚ ਆ ਰਹੇ ਜਸ ਮਹਾਰਾਜ ਜੀ, ਜਿਹੜਾ ਕਿ ਮੰਦਰ ਹੈ ਉਹਨੂੰ ਹਜੇ ਅਸੀਂ ਕੁਛ ਨਹੀਂ ਕਰ ਰਹੇ, ਸਾਰੇ ਪੇਪਰ ਵਰਕ ਕਲੀਅਰ ਕਰ ਰਹੇ ਹਾਂ, ਕਿਉਂਕਿ ਵਾਕਫ ਬੋਰਡ ਨੂੰ ਕਲੇਮ ਕਰ ਰਿਹਾ ਵਾ, ਅਸੀਂ ਉਹ ਲਿਟੀਗੇਸ਼ਨ ਵਾਕਫ ਬੋਰਡ 'ਚ ਕਲੀਅਰ ਕਰਕੇ ਉਹ ਤੋਂ ਬਾਅਦ ਅਸੀਂ ਕਰਾਂਗੇ। ਉਹ ਵੀ ਵਿੱਤੀ ਹੈ ਨਾ ਵਾਕਫ ਬੋਰਡ ਦੀਆਂ ਸਾਰੀਆਂ, ਨਾਲ ਜੋ ਵੀ ਕਿਸੇ ਨੇ ਨਹੀਂ, ਗੁਰਦੁਆਰੇ ਸੰਬੰਧਿਤ ਕਿਸੇ ਵੀ ਪ੍ਰੋਪਰਟੀ 'ਤੇ ਕਾਰਵਾਈ ਨਹੀਂ ਹੋਈ।